ਸ਼ੌਂਕ ਬਹੁਤ ਹੈ ਤੁਹਾਨੂੰ ਕਬੂਤਰਾਂ ਦਾ ਕਿੰਨੇ ਕਬੂਤਰ ਰੱਖੇ ਆ ਮੇਰੇ ਕੋਲੇ ਜੀ 60 65 ਹੋਣਗੇ 70 ਹੋਣਗੇ ਹਾਂਜੀ ਤੇ 1965 ਦੇ ਆ ਮੇਰੇ ਰੱਖੇ ਜੀ ਅੱਛਾ ਤੇ ਸ਼ੌਂਕ ਬਹੁਤ ਆ ਸ਼ੌਂਕ ਦਾ ਜਿਹੜਾ ਦਾਣਾ ਪਤਾ ਲੱਗਿਆ ਵੀ ਅੱਜ ਨਹੀਂ ਚਗਿਆ ਦੂਜੇ ਦਿਨ ਨਵਾਂ ਲਿਆ ਕੇ ਪਾਉਣਾ ਜਦੋਂ ਪੜ੍ਹ ਕੇ ਆਉਣਾ ਚੌਥੀ ਕਲਾਸ 'ਚੋਂ ਤੇ ਆਉਂਦਿਆਂ ਨੂੰ ਬੁੜੀਆਂ ਨੇ ਕਿਸੇ ਨੂੰ ਫੜਾ ਦੇਣੇ ਫੇਰ ਪਾਲਣੇ ਫੇਰ ਰੱਖ ਲੈਣੇ ਫੇਰ ਪਾਲਣੇ ਬੁੜੀਆਂ ਕਹਿੰਦੀਆਂ ਅਸੀਂ ਪੜ੍ਹਦੇ ਨਹੀਂ ਕਈ ਵੀਰਾਂ ਡਰ ਇੰਨਾ ਪੈ ਜਾਣਾ ਵੀ ਅੱਜ ਘਰ ਦੇ ਫੇਰ ਚੱਕਣਗੇ ਫਿਰ ਉਹਦੇ ਐਵੇਂ ਕਹਿ ਦੇਣਾ ਸਾਨੂੰ ਬੁਖਾਰ ਚੜ੍ਹ ਗਿਆ ਸੀ ਸਕੂਲ ਨਹੀਂ ਜਾਣਾ ਵੀ ਇਹ ਕਿਸੇ ਨੂੰ ਚੁਕਾ ਦੇਣਾ ਚੁਕਾ ਨਾ ਦੇ ਤੇ ਬਸ ਆਹ ਡਰ ਹੁੰਦਾ ਸੀਗਾ ਬਾਪੂ ਜੀ ਕਬੂਤਰਾਂ ਦੀ ਉਮਰ ਕਿੰਨੀ ਹੁੰਦੀ ਹੈ ਇਹਦੀ ਆਮ ਜੀ ਬਾਲੇ ਤੋਂ ਵਾਲਾ ਲੋਕ ਤਾਂ ਕਹਿੰਦੇ ਵੀ 13-14 ਸਾਲ ਮੇਰੇ ਕੋਲੇ 18 ਸਾਲ ਤੋਂ 22 ਸਾਲ ਦਾ ਕਬੂਤਰ ਹੋ ਕੇ ਮਰਿਆ ਹਾਂਜੀ 22 ਸਾਲ ਦਾ ਬੁੱਢਾ ਹੋ ਕੇ ਮਰਿਆ ਬਹੁਤ ਉਹਦੀ ਸੇਵਾ ਕੀਤੀ ਮੈਂ ਬੇਤੋਂ ਵੱਧ ਮੈਂ ਸੁਣਿਆ ਕਿ ਲੋਕ ਕਹਿੰਦੇ ਕਿ ਬਾਪੂ ਜੀ ਇੱਕ ਇੱਦਾਂ ਦੀ ਦਵਾਈ ਦਿੰਦੇ ਆ ਕਿ ਕਬੂਤਰ ਇੱਕੋ ਦਮ ਠੀਕ ਹੋ ਜਾਂਦੇ ਭਾਈ ਦਵਾਈ ਮੈਂ ਬਣਾਈ ਬਹੁਤ ਬਹੁਤ ਆਉਂਦੇ ਆ ਥੋੜੇ ਦਿਨ ਕੇ ਚੂੜ ਚੱਕੋਂ ਆਏ ਸੀ ਆਏ ਬਾਹਰੇ ਕੈਨੇਡਾ ਚੋਂ ਲਾਮੀ ਪਿੰਡੀ ਜਾਈਦਾ ਉੱਥੇ ਵੀ ਦੇਖ ਕੇ ਦੱਸ ਦਈਦਾ ਵੀ ਆਹ ਫਲਾਨੀ ਨਸਲ ਕਹਿਣਗੇ ਹਾਂ ਯਾਰ ਤੁਹਾਨੂੰ ਕਿਵੇਂ ਪਤਾ ਅਸੀਂ ਕਹਿ ਦਿੰਦੇ ਬਾਈ ਤੁਹਾਡੇ 10 ਸਾਲ ਹੋ ਗਏ ਰੱਖਿਆ ਨੂੰ ਸਾਡੇ 55 ਸਾਲ ਹੋ ਗਏ ਹੁਣ ਦੇਖੀਦਾ ਵੀ ਫਲਾਨੇ ਦਾ ਪੀਲਾ ਲੀੜਾ ਲੱਗਿਆ ਅਸੀਂ ਨੀਲਾ ਲਾ ਲੈਣਾ ਵੀ ਪੀਲੇ 'ਤੇ ਬਹਿਣਾ ਨਹੀਂ ਜਾ ਕੇ ਅਤੇ ਹੋਰ ਕਿਸੇ ਨੇ ਲਾਲ ਲਾ ਲੈਣਾ ਕਿਸੇ ਨੇ ਅੱਧਾ ਲਾਲ ਕਰ ਲੈਣਾ ਵੀ ਮੇਰਾ ਬੱਚਾ ਕਿਸੇ ਦੇ ਉੱਤੇ ਉਹੀ ਰੰਗ ਉਹਨਾਂ ਨੇ ਭਾਲਣੇ ਆ ਜਾ ਕੇ ਜੇ ਉਹ ਰੰਗ ਮਿਲੂ ਤਾਂ ਬੈਠੂਗਾ ਨਹੀਂ ਬਹਿਣਾ ਅਤੇ 6 ਸਾਲਾਂ ਬਾਅਦ ਅੱਖਾਂ ਤੋਂ ਮੈਂ ਸਿਆਣ ਲਿਆ ਸੀ ਵੀ ਇਹ ਮੇਰਾ ਕਬੂਤਰ ਹੈ ਨਾਲੇ ਬਲਕਿ ਉਹਦੀ ਕਲ ਫਲਾ ਕੇ ਕਾਲਾ ਕੀਤਾ ਸੀ ਹਰੇਕ ਬੰਦਾ ਸਿਆਣ ਨਹੀਂ ਸਕਦਾ ਆਪਣਾ ਬੀੜਾ ਲਾਉਂਦੇ ਆ ਕਹਿੰਦੇ ਛੁੱਟ ਨਹੀਂ ਸਕਦਾ ਜਰਦਾ ਜਿਹਾ ਲਾਉਂਦੇ ਆ ਕਹਿੰਦੇ ਛੁੱਟਦਾ ਨਹੀਂ ਜਰਦਾ ਤਾਂ ਛੱਡ ਲੂਗਾ ਅਤੇ ਕਬੂਤਰ ਵਾਲਾ ਕਬੂਤਰ ਨਹੀਂ ਛੱਡ ਸਕਦਾ ਕਹਿੰਦੇ ਕਬੂਤਰਾਂ ਦੀ ਨਿਗਾਹ ਬੜੀ ਤੇਜ਼ ਹੈ ਨਿਗਾਹ ਜੀ ਦਿਨੇ ਤਾਰਾ ਦੱਸ ਦਿੰਦੇ ਆ ਰਾਤ ਨੂੰ ਦਿਨੇ ਦੇਖ ਕੇ ਨਾ ਐਂ ਦੇਖ ਕੇ ਤਾਂ ਝਾਕਣਾ ਕਬੂਤਰ ਨੂੰ ਅਤੇ ਤਾਰਾ ਦੱਸ ਦਿੰਦੇ ਵੀ ਆਹ ਖੜਾ ਤਾਰਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬੀ ਮੈਂ ਹਾਂ ਜਸਨੂਰ ਤਵਨ ਜਦੋਂ ਪਿੰਡਾਂ ਵੱਲ ਜਾਂਦੇ ਆ ਨਾ ਤਾਂ ਦੇਖਦੇ ਹਾਂ ਕਿ ਕਬੂਤਰਬਾਜ਼ੀ ਦਾ ਸ਼ੌਂਕ ਬੜਾ ਦੇਖਣ ਨੂੰ ਮਿਲਦਾ ਅਤੇ ਇੱਕ ਅਜਿਹੇ ਸ਼ਖਸੀਅਤ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਵੀ ਕਾਫੀ ਸਮੇਂ ਤੋਂ ਕਬੂਤਰਬਾਜ਼ੀ ਦਾ ਸ਼ੌਂਕ ਹੈ ਅਤੇ ਕਬੂਤਰਾਂ ਬਾਰੇ ਇੰਨੀ ਜਾਣਕਾਰੀ ਹੈ ਨਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਅਤੇ ਨਾਲ ਹੀ ਇਹ ਵੈਦ ਹੀ ਨਹੀਂ ਨੇ ਸਿਰਫ ਬਾਪੂ ਜੀ ਦੇ ਗੱਲਾਂ ਇੰਨੀਆਂ ਸੋਹਣੀਆਂ ਨੇ ਅਤੇ ਸੁਭਾਅ ਇੰਨਾ ਵਧੀਆ ਕਿ ਕਦੋਂ ਦੇ ਸੋਚ ਰਹੇ ਸੀ ਕਿ ਬਾਪੂ ਜੀ ਨਾਲ ਮੁਲਾਕਾਤ ਕਰੀਏ ਪਰ ਅੱਜ ਸਬਬ ਬਣ ਗਿਆ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਪਾਲ ਸਿੰਘ ਤੋਦਰ ਜੀ ਸਾਡੇ ਨਾਲ ਮੌਜੂਦ ਨੇ ਕੀ ਹਾਲ ਹੈ ਬਾਪੂ ਜੀ ਠੀਕ ਹੋ ਹਾਂਜੀ ਹਾਂਜੀ ਠੀਕ ਹਾਂ ਜੀ ਠੀਕ ਬੜਾ ਸੁਣਿਆ ਤੁਹਾਡੇ ਬਾਰੇ ਪਰ ਅੱਜ ਮੁਲਾਕਾਤ ਹੋ ਗਈ ਜੋ ਮਹਾਰਾਜ ਨੇ ਕਰਨਾ ਜੋ ਦਰਸ਼ਨ ਕਿਸੇ ਦੇ ਹੋਣੇ ਤੁਹਾਡੇ ਵੀ ਦਰਸ਼ਨ ਹੋ ਗਏ ਸਾਡੇ ਵੀ ਹੋ ਗਏ ਚਲੋ ਜੀ ਠੀਕ ਹੈ ਨਾ ਜੀ ਅਤੇ ਬਾਕੀ ਆਉਂਵਾਂ ਵੀ ਹੁਣ ਕਬੂਤਰਾਂ ਦਾ ਸ਼ੌਂਕ ਆ ਜੀ ਮੁੱਢੋ ਮੁੱਢ ਤੁਰਿਆ ਆਉਂਦਾ ਅਤੇ 1965 ਦੇ ਆ ਮੇਰੇ ਰੱਖੇ ਜੀ ਹਾਂਜੀ ਮੇਰੀ ਉਮਰ 75 ਸਾਲ ਦੇ ਨੇੜ ਹੋ ਗਈ ਆ ਅਤੇ ਜਾਨਵਰ ਜਾਣੀ ਪਸ਼ੂ ਤਾਂ ਭਾਵੇਂ ਭੁੱਖੇ ਰਹਿ ਜਾਣ ਆਪ ਭੁੱਖੇ ਰਹਿ ਜਾਂਗੇ ਕਬੂਤਰਾਂ ਨੂੰ ਭੁੱਖੇ ਨਹੀਂ ਰਹਿਣ ਦਿੰਦੇ ਇੰਨਾ ਸ਼ੌਂਕ ਆ ਇਹਨਾਂ ਦਾ ਮਹਾਰਾਜ ਵੱਲੋਂ ਅਤੇ ਬਾਕੀ ਛੱਡੀ ਦੇ ਵੀ ਆ ਰੇਸਾਂ ਵੀ ਲਵਾਈ ਦੀਆਂ ਪਰ ਮੇਰਾ ਥੋੜ੍ਹਾ ਜਿਹਾ ਆਹ ਪਸ਼ੂਆਂ ਦਾ ਵੈਟਨਰੀ ਕੰਮ ਕਰਕੇ ਮੇਰਾ ਥੋੜ੍ਹਾ ਜਿਹਾ ਰੇਸ ਲਵਾਉਣ ਨੂੰ ਟਾਈਮ ਘੱਟ ਲੱਗਦਾ ਕਿਉਂ ਤੜਕਿਓ ਜਦੋਂ ਉੱਠੀ ਦੇ ਪਸ਼ੂਆਂ ਵਾਲਿਆਂ ਦੇ ਫੋਨ ਆਉਣ ਲੱਗ ਜਾਂਦੇ ਬਾਜੀ ਮੱਝ ਡਿੱਗ ਪਈ ਲੱਤ ਨਿਕਲ ਗਈ ਕੋਈ ਕਹਿ ਦਿੰਦਾ ਮੇਰੀ ਮੱਝ ਬਿਮਾਰ ਆ ਬਸ ਐਂ ਕਰਕੇ ਟਾਈਮ ਮੇਰਾ ਘੱਟ ਲੱਗਦਾ ਅਤੇ ਹੁਣ ਮੈਨੂੰ ਖਿਡਾਰੀ ਕਹਿੰਦੇ ਤੂੰ ਘੱਟ ਕਾਹਤੋਂ ਛੱਡਦਾ ਮੈਂ ਕਹਿ ਦਿੰਦਾ ਕੋਈ ਮਹਾਰਾਜ ਲਿਓ ਪੈਸਿਆਂ ਦੀ ਨਹੀਂ ਦਿੱਕਤ ਕਾਸੇ ਦੀ ਨਹੀਂ ਵੀ ਜੇ ਹੁਣ ਮੈਂ ਰੇਸ 'ਤੇ ਜਾਂਦਾ ਅਤੇ ਅਗਲੇ ਦਾ ਪਸ਼ੂ ਬਿਮਾਰ ਅਗਲਾ ਮੁੜ ਕੇ ਆ ਕੇ ਤੜਕੇ ਕਹਿੰਦਾ ਯਾਰ ਰੇਸ ਤੂੰ ਕੀ ਕਰਨੀ ਸੀ ਸਾਡੀ ਤਾਂ ਮੱਝ ਬਿਮਾਰ ਖੜੀ ਸੀ ਐਂ ਕਰਕੇ ਥੋੜ੍ਹੀ ਜਿਹੀ ਮੈਨੂੰ ਦਿੱਕਤ ਪੈਂਦੀ ਆ ਹੋਰ ਨਹੀਂ 65 ਸਾਲ ਹੋ ਗਏ ਆ ਅਤੇ ਬਾਜ਼ੀਆਂ ਛੱਡਦੇ ਵੀ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਅਤੇ ਬਸ ਆਹੀ ਆ ਕਰਕੇ ਥੋੜ੍ਹਾ ਜਿਹਾ ਹੁਣ ਇੰਨਾ ਵੀ ਆ ਪਸ਼ੂਆਂ ਦਾ ਕਰਕੇ ਥੋੜ੍ਹਾ ਜਿਹਾ ਹਾਂਜੀ ਵੈਟਨਰੀ ਕੰਮ ਹੋਰ ਅੰਗ ਪੈਰ ਪਸ਼ੂ ਦਾ ਨਿਕਲ ਜੇ ਉਹ ਬਾਰੇ ਲਾ ਕੇ ਚੜਾ ਦੇਈਦਾ ਮਹਾਰਾਜ ਦੀ ਕਿਰਪਾ ਆਪਣੇ ਤੇ ਸ਼ੌਂਕ ਬਹੁਤ ਹੈ ਤੁਹਾਨੂੰ ਕਬੂਤਰਾਂ ਦਾ ਕਿੰਨੇ ਕਬੂਤਰ ਰੱਖੇ ਆ ਮੇਰੇ ਕੋਲੇ ਜੀ 60-65 ਹੋਣਗੇ 70 ਹੋਣਗੇ ਹਾਂਜੀ ਤੇ ਸ਼ੌਂਕ ਬਹੁਤ ਆ ਸ਼ੌਂਕ ਦਾ ਜਿਹੜਾ ਦਾਣਾ ਪਤਾ ਲੱਗਿਆ ਵੀ ਅੱਜ ਨਹੀਂ ਚਗਿਆ ਦੂਜੇ ਦਿਨ ਨਵਾਂ ਲਿਆ ਕੇ ਪਾਉਣਾ ਹਾਂਜੀ ਅਲਸੀ ਵੀ ਪਾਉਣੀ ਆ ਤਾਰਾ ਮੀਰਾ ਵੀ ਪਾਉਣਾ ਅਤੇ ਚਣੇ ਵੀ ਪਾਉਣੇ ਆ ਕਣਕ ਤਾਂ ਪਾਉਣੀ ਹੀ ਪਾਉਣੀ ਆ ਬਾਕੀ ਦੇਖਣਾ ਕੁਝ ਕੁੱਜੇ 'ਚੋਂ ਪਾਣੀ ਜੇ ਠੰਡਾ ਫਿਰ ਗਰਮ ਪਾਉਣਾ ਵਿੱਚ
गर्मियों च ठंडा पाना शौक बस यही है इन्हों का। तो महाराज की कृपा ज्यों रखे आ तो कोई कमी भी नहीं रही, बल भी वधिया, कोई माया नहीं घरों गई, कोई किसी का देना नहीं, कोई लेना नहीं, जानी वधिया महाराज की कृपा नाल दा सौखे आ। नाले कबूतर सोहने बड़े है। हाँ जी सोहने भाई सांभे बहुत आ मेरे जी ये। हाँ तो बाकी माम कोई आउंदा खिडारी आउंदा देखण तो मैं फड़न नहीं दिंदा, हाथ नहीं लाउण दिंदा, वी हाथ नाल ही मिले हो जाणगे। तो मैं तो हुण जदों बाहर निकल के बह गया खुडे मूहरे, मेरे तो मूहरे आ जांदे भज के, होर बंदा आउंदा उठदे आ, गां असीं किसे दे जावांगे उन्हां ते धीजे वे आ। तो जानी दाणिया लंघों कोई कमी नहीं, महाराज लंघों जिहे जे मंगदे उहे जे पाईदे आ। तो शौक भी बहुत आ, जिन्ना चिर हैगे उन्ना चिर तां रहिणगे, गां महाराज नूं पता जी मुंडे रखण ना रखण, ते सानूं तां इहनां दा शौक बहुत आ, बहुत शौक आ जी, वितों वध शौक आ। हाँ जी घर विच पहले भी कोई रखदा सीगा? पहलां साडा जी दादा हुंदा सी, असीं उदों छोटे छोटे सी 7-8 साल दे, ते उहदे दो रखे हुंदे सी, बस वो जो दो रखे वो देखते रहना हौली हौली, बस फिर वो बुजुर्ग खत्म हो गया, फिर वो दोवां तो बाद असी यही शौक फड़ लिया। तो जो पढ़ के आना चौथी क्लास चो, तो आउंदिया नूं बुढ़िया ने किसी नूं फड़ा देने, फिर पालने, फिर रख लेने, फिर पालने, बुढ़िया कहिंदियां सी पढ़दे नहीं। हाँ शौक ये इन्ना सी बेतों वध, तो पढ़ाई भी करनी, तो कबूतर भी डाउने आ के, तो कई वीर डर इन्ना पै जाना भी अज घर के फिर चकन गए, फिर उदे इवें कह देना सानू बुखार चढ़ गया सी, स्कूल नहीं जाना भी किसी नूं चका दे, बस आ डर हुंदा सीगा। तो हुण तां जी महाराज की कृपा वधी जांदे आ, तो लिहाजां वाले जिहड़ा मूलों लिहाज वाला बंदा उहनूं दे भी देई दे भी लै जा, तो बहुत दूर दूर ताईं बल्लो चमिंडा इन्हां पिंडां च गए आ लोक लै के, तो कोई अपना जानवर किसी ने साडे आए नहीं कहा भी तेरा जानवर माड़ा सी, कहिंदे भाई बहुत वधिया। तो हुण बच्चे पालने भाई बहुत औखे आ, क्यों चार किस्म के दाने पाने, पानी तत्ता रखना, हुण इन्ने तुरे फिरदे आ भाई जी बच्चे धो दे दिओ, कहिंदा भाई हुण पालने बहुत औखे आ, भी दाने महंगी बहुत होई आ कोई चीज़ आ, तो हुण अलसी देख लो 80-90 रुपये अलसी तुरी फिरदी आ, ऐ करके भी मेहनत ना पलदे आ हुण, तो बस शौक ही आ, बस शौक बितों वध आ भाई। तुहानूं जी तो नहीं करता होगा किसी नूं देण दा? ना भाई जदों दे अनसरदे नूं कई वारी सकीरिंग वालिआं नूं लै आउंदे आ, उह फिर दे तां देईदे आ, फिर उह दो दिन आपदी हिक ते ही फिरदे रहिंदे आ, वी दो देते भाई बाले चंगे दे बैठे, हुण की करिए, जानी दो दो दिन जे बच्चा घरों गिज्जिआ नहीं, उड गिआ नहीं आया, पिंड 'च टीके लाउंदे वी सोता उहदे आली रहिणी आ, भावें कोई बिच भज जे आ के पशु, तां नूं निगाह रखणी आ वी साडा बच्चा दिस वी कित्थे फिरदा, फिर उत्थे मगर भज्जे फिरना। कई वीर हुण उमर के हिसाब न जवाकों को कही भी ला 50 रुपये लै ला तो मेरा बच्चा फड़ के लिया के दे, उपरे शौक ही यह जाए, जो कबूतर घरों उठ गया उन्ने दिन जिन्ने दिन हाथ च नहीं आता उन्ने दिन चेत नहीं लगता। हाँ जी बस यही रहा भी गुआच गया। इदा कभी हो कोई गुआच गया फिर वापस? हाँ गुआच जाते जी गुआच जाते हैं, हुण खेड यह जी चली है, खेड चल वाली पई है पंजाब, जो गुआच जाते लोग नप लेंगे एक दूजे का, देंदे नहीं लुको देंगे, चाहे रिश्तेदारी भेजता, यह रिवाज बड़ा चलिया गया, हुण उह जिहियां खेडां बनाईआं, हुण देखी दा भी फलाने का पीला लीड़ा लग्या असी नीला ला लेना, भी पीले ते बहना नहीं जाके, ते होर किसी ने लाल ला लेना, किसी ने अद्धा लाल कर लेना, भी मेरा बच्चा किसी के उत्ते उही रंग उन्होंने भालने आ जाके, जे उह रंग मिलू तां बैठूगा नहीं बहना नहीं। कई बार जिदा गुआच भी जाते हैं ना, पर जिन्हें पालिया होंगे उन्होंने इन्नी समझ होंगी है कि भावें 10 साल बाद भी मिले तो पछाण लेगा कि मेरा कबूतर। मैं थोनों दसदा भी इतों मेरा कबूतर उड गया सी, 6 साल बाद मैं सहुरियां नूं जांदा सी, उह बंदा राज खड़ा सी, उह मैनूं उहदा जानवर देखणे आ, मैं कहा दिखा दे, उहने मैनूं जानवर दिखाते, एक छोटा जिहा खुड्डा सी बिल्कुल जिहदे च दो कबूतर मसां बढ़नगे, उह जदों मैं कहा भी आह भी दिखा दे, मैनूं उहदा इह तां नहीं दिखाउणे, कहिंदा इह तां दो ही इहनां दा की देखणा जदों तैनूं 50 दिखाते, मैं कहा नहीं भई दिखा, तो मैं उहदी हैंडी फड़ ली, मैं कहा दिखा, जदों उहने दिखाए उह जिहड़ा कबूतर गुआचिआ सी, इक तां उहदी नौंदर कट्टी हुई सी पैर दी निशानी लाई सी, एक उहदे उत्ते उहदी कल फैला के कला कीता विया सी, जदों मैं उहदे वल झाकिआ उहदीआं अखां देखीआं, मैं कहा बाई जी इह कबूतर मेरा 6 साल हो गए इहनूं गुआचे नूं, कहिंदा तेरा हो ही नहीं सकदा, कहे जिहा सी, मैं कहा मेरा कबूतर चिट्टा गल उहदा इन्ना काला उत्तों बाकी चिट्टा है, इह तेरी कल फैलाई है, कहिंदा तैनू की सबूत आ, मैं क्यों कर बच्चों के उत्ते लुकया बैठा, लत्तां लकोईआं वीआं इहदीआं, इहदीआं लत्तां चक के कबूतर नूं तां नूं कर फड़ के, इहदा एक नौं है नहीं, जदों उहने अंडिआं तों बच्चों तों चक्किआ, मैं क्या दिखा इहदा नौं कित्थे आ, फिर मैनू कहिंदा कि भाई मैं 2 महीनिआं नूं देऊंगा, कहिंदा सदके तेरे, फिर कहिंदा मैनू फलाना बंदा छड के गिआ 20 किलो मिथों मक्की लै गिआ कबूतरां नूं, मैं क्या भी मेरा कबूतर मैनू दे दी, फिर उहने 2 महीनिआं बाद मोड़िआ, ते 6 सालां बाद अखां तों मैं सिआण लिआ सी भी इह मेरा कबूतर आ,
नाले बल्कि उसकी कल फैला के कला किया हरेक बंदा सियाण नहीं सकता। तो हुण 65 साल हो गए आ डाउंदियां नूं कबूतरां नूं 55 ते निरखत आ ही जांदी आ निरखत इत्थों तई भी आ जांदी है आंडे पए आ उहदे चों भी परख आ जांदी आ भी इहदे विच बच्चा कबूतर आ इहदे च कबूतरी है इन्नी परख हुंदी है। हाँ जी ते जानवर तां बच्चा गुआ जे साल नूं सियाण लईदा भी इह साडा है। नाले 65 जिन्हें तुसी रखे हुए कबूतर इत्थे ते हर एक दी तुहानू पछाण हैगी है ना। हाँ जी हाँ जी हर एक दा तुहानू पता है किन्ने सारेयां दा सानू पता है भई आहा नसल आ नसल है लामी पिंडी जाईदा उत्थे भी देख के दस देईदा भी आ फलानी नसल है कहणगे हाँ यार तुहानू किवें पता असीं कह दिंदे भाई तुहाडे 10 साल हो गए रखिआं नूं साढ़े 55 साल हो गए ते परख आ जांदी भी आ फलाने वाले आ कणगे वाले गुरदेव दे आ महाराज वालिआं दे आ भावें इत्थों 30 मील तो कबूतर आ नूं परख कर ली भी फलाने को नसल है। बापू जी कबूतर की उम्र कितनी होती है? ये आम जी बाले तो वाला लोग तो कहें 13-14 साल मेरे को 18 साल तो 22 साल का कबूतर होकर मरिया। हाँ जी 22 साल का बुढ़ा होकर मरिया बहुत वो सेवा की मैं बेतों बद तो बहुत उन्होंने खुराक दे रखी 22 साल का वह कबूतर नहीं आम मेरे 18-16 तो इतने जाके बुढ़े हो जाते हैं तो वह 22 साल का रहा वह भी जो हाँ जी जो मौत हो गई 4-5 दिन बस रोटी एक फुलका खा लेना तुर जाना चित उहदे च ही आउणा वी जानवर किधर चलिया गया बेचारा ते उह इहनां दा बहुत आ जिहनूं पै गया जिवें हुण अपना बीड़ा लाउंदे आ कहिंदे छुट नहीं सकदा जरदा जिहा लाउंदे आ कहिंदे छुटदा नहीं जरदा तां छड्ड लूगा ते कबूतर वाला कबूतर नहीं छड्ड सकदा। ਹਾਂਜੀ ਇਹ ਪੱਕਾ ਨਸ਼ਾ ਤੁਸੀਂ ਛੱਡ ਦੋਗੇ ਪਰ ਜੇ ਕਬੂਤਰ ਪਾਲ ਲੇ ਫੇਰ ਨਹੀਂ ਕੋਈ ਹਾਂ ਤੇ ਕਬੂਤਰ ਨਹੀਂ ਛੱਡ ਸਕਦੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲੇ ਕਬੂਤਰ ਨਹੀਂ ਛੱਡਦੇ ਜਿਹਨੂੰ ਇਹ ਨਸ਼ਾ ਹੀ ਇਹ ਜਾ ਕਬੂਤਰਾਂ ਦਾ। ਕਹਿੰਦੇ ਕਬੂਤਰਾਂ ਦੀ ਨਿਗਾਹ ਬੜੀ ਤੇਜ਼ ਹੈ। ਨਿਗਾਹ ਜੀ ਦਿਨੇ ਤਾਰਾ ਦੱਸ ਦਿੰਦੇ ਆ ਰਾਤ ਨੂੰ ਦਿਨੇ ਦੇਖ ਕੇ ਨਾ ਐ ਦੇਖ ਕੇ ਤਾਂ ਝਾਕਣਾ ਕਬੂਤਰ ਨੂੰ ਤੇ ਤਾਰਾ ਦੱਸ ਦਿੰਦੇ ਆ ਵੀ ਆਹ ਖੜਾ ਤਾਰਾ। ਅੱਛਾ ਹਾਂਜੀ ਬਾਕੀ ਦੇਖੋ ਤੁਸੀਂ ਜਿੱਥੇ 120 ਆ 130 ਆ ਚਾਹੇ 150 ਆ ਰੇਸ ਤੇ ਛੱਡੇ ਆ ਹੁਣ ਜਿਹੜੇ ਪਿੰਡੀ ਜਿਨ੍ਹਾਂ ਦੇ ਨਹੀਂ ਰੱਖੇ ਉਹ ਕਹਿਣ ਲੱਗ ਜਾਂਦੇ ਭਾਈ ਤੁਸੀਂ ਕਿਵੇਂ ਦੱਸਦੇ ਨੇ ਮੇਰੇ ਵਾਲਾ ਆ ਜਾਂਦਾ ਇਹ ਉੱਡਦੇ ਸਾਰੇ ਇੱਕੋ ਜਿਹੇ ਹੀ ਆ ਉਹ ਉਹਨੂੰ ਦੱਸ ਦੇਈਦਾ ਅਗਲੇ ਨੂੰ ਬਾਈ ਸਾਡੇ ਜਾਨਵਰ ਦੀ ਉੱਡਣੀ ਹੋਰ ਆ ਉੱਡਣੀ ਉਹਦੇ ਜਾਨਵਰ ਦੀ ਹੋਰ ਆ ਅਤੇ ਉਹ ਕਹਿਣਗੇ ਯਾਰ ਤੁਸੀਂ ਤਾਂ ਵਾਹਵਾ ਸਾਨੂੰ ਤਾਂ ਇੱਕ ਹੀ ਲੱਗਦੇ ਆ ਜਿਹੜੇ ਸਾਰੇ ਉੱਡੀ ਜਾਂਦੇ ਆ ਪਰ ਅਸੀਂ ਦੱਸ ਦਿੰਦੇ ਵੀ ਸਾਡਾ 80-180 ਹੁਣ ਵਿੱਚੋਂ ਦੱਸ ਦੇਣਾ ਵੀ ਸਾਡਾ ਆ ਜਾਂਦਾ ਆ ਜਾਂਦਾ। ਹਾਂਜੀ ਇਹਨਾਂ ਦੀ ਇੰਨੀ ਪਰਖ ਆ ਆਪਾਂ ਨੂੰ ਆਪਣੇ ਜਾਨਵਰਾਂ ਦੀ। अच्छा कई बार इदा हो तुहानू तारे बारे दस्या होए चानण दे विच कबूतर ने। मैं तुहानू दस्सदा जी साडे अंदरले घर कोले एक छोटा जिहा कमरा सी किसे दा सी उहदे नाल खड़ के खूंजे ते तारा दिखा दिंदे सी बंदे नू वी आ दिखा सामने देखी जां निगाह सीधी रखी ते तैनू ऐ लगूगा वी चिट्टा कबूतर खड़ा छोटा जिहा ते पुराने बुढ़िया ने भी देखना भी हाँ उन्होंने कहना भी जवाको तुहाडी निगाह वाली है भी तुसीं तां तारा दिखाई जांदे आ ते बाकी इह जी सारा दिन तां ही रखना होर नवा बंदा धौण माड़ी जी तां करे ते मैनू मैदा भी 10 घर मानी जांदा उहने कहना मेरी तां धौण दो ते असीं सारा दिन ही भावें तां नूं धौण कराई रखण साडी धौण दुखद कोई नहीं उहे जिहियां कसां बणियां होईयां। हाँ बस ऐं करके बहुत शौक आ ते रेसां दा शौक आ हुण तां जी मैनू मैदा साडे पिंड च 250 घर दे रखे आ 300 दे। अच्छा हाँ जी हुण तां हरेक ही रखी जांदा ते अगे जे किसे दे रखे होणे उहनूं कहि देणा इह कबूतरबाज़ आ ते साक नहीं सी करदे हुंदे कुड़ी दा कहिणा इहदे कबूतर रखे आ। हाँ जी कह देना ना ये कबूतर रखे तो कबूतरबाज आते हुण तो कबूतरबाजियां गईयां हुण तां जी 4-4 लाख की 6-6 लाख की बाजी हुंदी है ट्रैक्टर लगे हुए हुंदे आ उत्ते ते हुण तां इह चलिया गया हुण नहीं है हुण तां कोई वेंदा ही नहीं भी ये कबूतर रखे है चाहे नहीं रखे ते नहीं अगे साक नहीं सी कर दिंदे कहिंदे कबूतरां दा खिडारी है इहनूं साक नहीं करना हाँ भी इहने कुड़ी नूं रोटी नहीं देनी कबूतरां नूं गल हुंदी सी। हाँ जी बाबू जी हुण तां कबूतर वी कहिंदे कि बड़े महंगे महंगे हो गए भाई बाले चंगे जानवर भाई इहनां दा मुल ही कोई नहीं हुण इह हुण ना जानवर जिवें जिवें रेसां वालियां तेज़ हो गईयां ते हुण रेसां ते जानवर भी खरीदण लग गए ऊं कोई दिंदा नहीं हुण जे मेरे कोल इन्ने आ भावें किड्डे साडा कोई रिश्तेदार नूं लिआउण जिहड़ा मेरा पूरा चंगा उह तां मैं देणा ही नहीं भावें जे कोई मर्जी करे भावें रिश्तेदार आ जे गुस्से हो के मुड़ जे पर देणा उहनूं चक के आ भी इहनां चों मेरे कोल 5-7 हैगे आ उहदा माँ प्यो नहीं देणा माँ प्यो नहीं देना होर चक के दे देना वो नहीं देना जानवर इहदा जानी शौक ही इन्ना किन्ना रिश्तेदार आ जे आके कह दे वी यार इहनूं वधिया दे दे उहनूं वधिया तां दे देने पर जिहड़े सही मन च लगे आ वो नहीं देने। हाँ जी चक के होर दिखाई जाने आ जिहड़े सही आ उहनां नूं तां चकना ही नहीं कह देना इह तां कुछ नहीं भाई बेकार जे आ ते जिहड़े खिडारी आ सियाण लैंदे आ वी आह जानवर बड़ा चंगा आउंदे आ खिडारी बहुत आउंदे मेरे कोल जांदे मैं भी जाना बहुत पिंडी माठी दसी पिंडी जाना तलवंडी पंघेरियां दसांझ
ਡੱਲਾ ਨਵਾਂ ਡੱਲਾ ਨਸੂਰਪੁਰ ਮੱਲਾ ਸਾਰੇ ਪਿੰਡਾਂ 'ਚ ਮੈਂ ਜਾਂਦਾ ਲੱਤਾਂ ਲੁੱਤਾਂ ਚੜ੍ਹਾਉਣ ਪਸ਼ੂਆਂ ਦੀਆਂ ਅਤੇ ਮੈਂ ਵੀ ਜਾ ਵੜਦਾ ਜਿਹਦੇ ਕਬੂਤਰ ਰੱਖੇ ਆ ਜੇ ਉਹਦੇ ਮੈਂ ਚਲੋ ਪਸ਼ੂਆਂ ਦਾ ਵੈਟਨਰੀ ਕੰਮ ਵੀ ਕਰਤਾ ਅਤੇ ਮੈਂ ਉਹਨੂੰ ਕਹਿ ਦਿੰਦਾ ਯਾਰ ਜਿੰਨੇ ਦੀ ਦਵਾਈ ਲੱਗੀ ਮੈਨੂੰ ਉਨਾ ਹੀ ਦੇ ਦੇ ਤੂੰ ਵੀ ਮੇਰੀ ਵੋਟ ਆ ਤੇਰੇ ਵੀ ਕਬੂਤਰ ਰੱਖੇ ਆ ਅਤੇ ਬਹੁਤ ਆਖਦੇ ਕਹਿੰਦੇ ਨਹੀਂ ਬਾਈ ਤੂੰ ਐਂ ਨਾ ਕਰਿਆ ਕਰ ਮੈਂ ਕਿਹਾ ਨਹੀਂ ਤਾਂ ਇੱਥੋਂ ਮੈਂ ਨਹੀਂ ਮਿਹਨਤ ਲੈਣੀ ਤੇਰੇ ਵੀ ਕਬੂਤਰ ਰੱਖੇ ਆ ਤੂੰ ਵੀ ਮੇਰੀ ਵੋਟ ਆ ਐਂ ਹੱਸ ਲਈਦਾ ਕਬੂਤਰਾਂ ਨੂੰ ਕਿਹੜੇ ਕਿਹੜੇ ਜਾਨਵਰਾਂ ਤੋਂ ਬਚਾਉਣਾ ਪੈਂਦਾ ਇਹ ਤੋਂ ਜੀ ਇੱਕ ਤਾਂ ਲਗੜ ਆ ਇੱਕ ਅਕਾਬ ਆ ਇੱਕ ਹੁਣ ਬਾਹਰੋਂ ਆਈ ਆ ਤਿੰਨਾਂ ਚੌਂ ਸਾਲਾਂ ਦੀ ਉਹਨੇ ਗਰਮੀ 'ਚ ਉੱਠ ਜਾਣਾ ਅਤੇ ਹੁਣ ਉਹ ਆ ਗਈ ਆ ਜੀ ਉਹਨੂੰ ਅਸੀਂ ਇੱਧਰ ਆਮ ਤਾਂ ਉਹਨੂੰ ਦਾਤੀ ਫਰੀ ਕਹਿ ਦਿੰਦੇ ਹਾਂ ਉਹ ਤੋਂ ਦਾਤੀ ਫਰੀ ਤੋਂ ਕੋਈ ਬਚਦਾ ਜੇ ਦਸਾਂ ਨੂੰ ਪੈ ਗਈ ਤਾਂ ਦੋ ਬਚਣੇ ਆ ਅੱਠ ਨਹੀਂ ਛੱਡਣੇ ਉਹਨੇ ਉਹਦੀ ਰਫਤਾਰ ਇੰਨੀ ਹੁੰਦੀ ਆ ਉਹਨੇ ਜਦੋਂ ਜਾਨਵਰ ਦੇਖ ਲਿਆ ਵੀ ਹੋ ਜਾਂਦਾ ਉਹਨੇ ਇਕੱਠੀ ਹੋ ਜਾਣਾ ਬਸ ਚਿੜੀ ਜਿੰਨੀ ਜਦੋਂ ਜਾਨਵਰ 'ਤੇ ਆ ਗਈ ਉਦੋਂ ਉਹਨੇ ਖੁੱਲ੍ਹ ਕੇ ਇੱਕਦਮ ਅਤੇ ਪਹੁੰਚਿਆਂ 'ਚ ਲੈ ਲੈਣਾ ਜਦੋਂ ਉਹਨੂੰ ਪਹੁੰਚਿਆਂ 'ਚ ਲੈ ਲਿਆ ਉਹਦੀ ਧੌਣ ਉਦੋਂ ਹੀ ਕੱਟ ਦੇਣੀ ਆ ਉਹਨੇ ਉਦੋਂ ਹੀ ਕੱਟ ਕੇ ਸੁੱਟ ਦੇਣੀ ਆ ਵੀ ਜੇ ਇਹ ਮੇਰੀ ਪਹੁੰਚਿਆਂ 'ਚੋਂ ਨਿਕਲ ਵੀ ਗਿਆ ਉੱਡ ਨਾ ਜਾਵੇ ਪਹਿਲਾਂ ਧੌਣ ਕੱਟਣੀ ਜਿਹੜਾ ਕਾਵ ਆ ਇਹ ਐੱਲ ਜਿੱਡਾ ਹੁੰਦਾ ਵਾਹਵਾ ਤਕੜਾ ਸਾਰਿਆਂ ਨੂੰ ਇਹਨੇ ਉੱਤੇ ਉੱਡੀ ਜਾਣਾ ਜਾਨਵਰ 'ਤੇ ਜਦੋਂ ਜਾਨਵਰ ਇਹਦੀ ਮਾਰ ਹੇਠਾਂ ਗਿਆ ਇਹਨੇ ਇੱਕਦਮ ਇਕੱਠਾ ਹੋ ਕੇ ਅਤੇ ਉਹਦੇ ਉੱਤੇ ਆ ਕੇ ਹੀ ਖੁੱਲ੍ਹਣਾ ਉਹ ਜਾਨਵਰ ਨੂੰ ਪਤਾ ਨਹੀਂ ਲੱਗਣਾ ਉਹਨੂੰ ਪਹੁੰਚਿਆ ਜੀ ਇਹਦੇ ਨੌ ਹੁੰਦੇ ਆ ਇੰਚ ਤੋਂ ਵੀ ਜ਼ਿਆਦਾ ਉਹਦੇ ਵਿੱਚ ਲੈ ਲੈਣਾ ਅਤੇ ਜਿਹੜਾ ਲਗੜ ਆ ਉਹ ਕੇਰਾਂ ਮਗਰ ਭੱਜਦਾ ਜੇ ਤਾਂ ਉਹ ਤੋਂ ਜਾਨਵਰ ਫੜਿਆ ਗਿਆ ਨਹੀਂ ਉਹ ਮੁੜ ਕੇ ਦੁਆਰਾ ਨਹੀਂ ਭੱਜਦਾ ਉਹਨੇ ਖੜ੍ਹ ਜਾਣਾ ਉੱਥੇ ਜਿਹੜੀ ਇਹ ਦਾਤੀ ਫਰੀ ਹੈ ਇਹ ਤਾਂ ਭਾਈ ਦਸ ਦਸ ਰੇਸਾਂ ਵੀ ਲਾ ਦਿੰਦੀ ਆ ਜਿਹੜਾ ਜਾਨਵਰ ਨਿਕਲ ਗਿਆ ਇਹਨੇ ਪਾਸੇ ਹੋ ਕੇ ਬਹਿ ਜਾਣਾ ਜਦੋਂ ਫੇਰ ਡਿੱਗ ਕੇ ਆ ਗਿਆ ਅਤੇ ਉਹਨੂੰ ਤਾਂ ਇਹ ਛੱਡਦੀ ਨਹੀਂ ਅਤੇ ਆਮ ਇਹਨੇ ਚੱਕਣਾ ਵੀ ਮਹਾਰਾਜ ਦੀ ਕਿਰਪਾ ਜਿਹਨੂੰ ਬਦਾਮ ਬਾਹਲੇ ਖਾਧੇ ਆ ਕਿਲੋ ਦੋ ਕਿਲੋ ਗਿਰੀਆਂ ਖਾਧੀਆਂ ਉੜਦੇ ਨੂੰ ਉਹਨੂੰ ਚੱਕਣਾ ਜਿਵੇਂ ਇਹਨੂੰ ਕੋਈ ਬਾਸ਼ ਨਾ ਜਾਂਦੀ ਆ ਵੀ ਇਹਦੇ 'ਚ ਚਰਬੀ ਬਾਹਲੀ ਆ ਉਹ ਕਬੂਤਰ ਨੂੰ ਇਹਨੇ ਚੱਕਣਾ ਆ ਕੇ ਪਹਿਲਾਂ ਤਾਂ ਅਤੇ ਬਾਕੀ ਜਿਹਦਾ ਚੱਕ ਲਿਆ ਭਾਈ ਉਹ ਤਾਂ ਫਿਰ ਦੋ ਦਿਨ ਵੇਂਹਦਾ ਹੀ ਰਹਿੰਦਾ ਵੀ ਕਿੱਡਾ ਕੰਮ ਗਲਤ ਹੋ ਗਿਆ ਫਿਰ ਸਾਹਮਣਾ ਔਖਾ ਹੁੰਦਾ ਹੋਏਗਾ ਨਾ ਹਾਂਜੀ ਸਾਹਮਣਾ ਕੀ ਫਿਰ ਕਈ ਵਾਰ ਟਾਂਕੇ ਲਾਉਣੇ ਪੈਂਦੇ ਆਪ ਤੋਂ ਬਾਅਦ ਜਿਹੜੀ ਆ ਤਰਪਾਈ ਵਾਲੀ ਸੂਈ ਹੈ ਜੇ ਮੂਹਰੋਂ ਪਾਟ ਗਿਆ ਬਚ ਵੀ ਗਿਆ ਫਿਰ ਉਹਦਾ ਬਾਅਦ ਸਿਉਂ ਕੇ ਫਿਰ ਉਹਦੇ ਮੂੰਹ ਵਿੱਚ ਦੀ ਪਾਣੀ ਪਾ ਕੇ ਦੇਖੀਦਾ ਵੀ ਪਾਣੀ ਸਿਮਦਾ ਤਾਂ ਨਹੀਂ ਕਿਤੋਂ ਜੇ ਸਿਮਦਾ ਉੱਥੇ ਟਾਂਕਾ ਫੇਰ ਲਾਈਦਾ ਫਿਰ ਉਹਨੂੰ ਦਸ ਦਿਨ ਬਦਾਮ ਦਾਣੇ ਦੇਈਦੇ ਆ ਵਿਚਾਰਾ ਵੀ ਬਚਾ ਲਗੇ ਹਾਂ ਜਾਣੀ ਇਹਨਾਂ ਜਿੰਨਾ ਤਿਉ ਜਿਨ੍ਹਾਂ 'ਤੇ ਪਿਆ ਕਿਸੇ ਦਾ ਨਹੀਂ ਉਹਨਾਂ ਤਾਂ ਲੋਕਾਂ ਨੂੰ ਗਾਈਆਂ ਦਾ ਵੀ ਨਹੀਂ ਆਉਣਾ ਜਿੰਨਾ ਸਾਨੂੰ ਇਹਨਾਂ ਦਾ ਤਿਉ ਆ ਜਦੋਂ ਬਿਮਾਰ ਹੋ ਜਾਂਦੇ ਫਿਰ ਕੀ ਦਿੰਦੇ ਫਿਰ ਇਹਨਾਂ ਨੂੰ ਜੀ ਅੱਡੋ ਅੱਡੀ ਚੀਜ਼ਾਂ ਦਵਾਈਆਂ ਸਾਡੀਆਂ ਉਹ ਦੇਖੋ ਪਈਆਂ ਹਜੇ ਵੀ ਪਈਆਂ ਘਰੇ ਵੀ ਪਈਆਂ ਅੰਦਰ ਰੱਖੀਆਂ ਵੀ ਆ ਜਿਹੜੀ ਸਾਨੂੰ ਪਤਾ ਲੱਗਿਆ ਵੀ ਇਹਨੂੰ ਆਹ ਨੁਕਸ ਪੈ ਗਿਆ ਉਹਨੂੰ ਫਿਰ ਉਹੋ ਜਿਹੀ ਦਵਾਈ ਲਾਉਣੀ ਆ ਇੱਕ ਹੁਣ ਇਹਨਾਂ ਨੂੰ ਘੁਗਣ ਵਾਲੀ ਬਿਮਾਰੀ ਚੱਲ ਪਈ ਅੱਠਾਂ ਸੱਤਾਂ ਸਾਲਾਂ ਦੀ ਉਹਦੇ ਨਾਲ ਕਬੂਤਰ 100 ਦੇ ਵਿੱਚੋਂ 10 ਨਹੀਂ ਠੀਕ ਹੁੰਦੇ ਗੇ ਸਾਰੇ ਚੱਲ ਜਾਂਦੇ ਆ ਉਹ ਪਹਿਲਾਂ ਉਹਦੇ ਆਰਬੀਟੂਨ ਟੀਕਾ ਲੱਗਦਾ ਕੀਮਤ ਉਹਦੀ ਕੁਛ ਵੀ ਨਹੀਂ ਉਹ 200 ਰੁਪਈਏ ਦਾ ਅਤੇ ਉਹ 1000 ਕਬੂਤਰ ਦਾ ਹੁੰਦਾ ਉਹ ਲੱਗਣਾ ਸ਼ੂਗਰ ਵਾਲੀ ਸਰਿੰਜ ਨਾਲ ਦੂਜੀ ਨਾਲ ਨਹੀਂ ਲੱਗਣਾ ਕਿਉਂ ਇਹਦਾ ਮਾਸ ਬਹੁਤ ਨਰਮ ਹੁੰਦਾ ਸ਼ੂਗਰ ਵਾਲੀ ਸਰਿੰਜ ਨਾਲ ਉਹ ਲਾਉਣਾ ਅਤੇ ਚਾਹੇ ਆਰਬੀਟੂਨ ਹੁੰਦਾ ਅਤੇ ਚਾਹੇ ਸਲੋਟਾ ਉਹ ਅੱਖਾਂ 'ਚ ਪੈਂਦਾ ਇੱਕ ਅੱਖ 'ਚ ਪਾ ਦੇਣਾ ਮਾੜਾ ਜਿਹਾ ਅਤੇ ਨੱਕ 'ਚ ਉਹ ਜਾਣੀ ਬਿਮਾਰੀ ਫਿਰ ਛੇਤੀ ਆਉਂਦੀ ਨਹੀਂ ਮੈਂ ਸੁਣਿਆ ਕਿ ਲੋਕ ਕਹਿੰਦੇ ਕਿ ਬਾਪੂ ਜੀ ਇੱਕ ਇੱਦਾਂ ਦੀ ਦਵਾਈ ਦਿੰਦੇ ਆ ਕਿ ਕਬੂਤਰ ਇੱਕੋ ਦਮ ਠੀਕ ਹੋ ਜਾਂਦੇ ਭਾਈ ਦਵਾਈ ਮੈਂ ਬਣਾਈ ਬਹੁਤ ਆਉਂਦੇ ਆ ਥੋੜ੍ਹੇ ਦਿਨ ਕਿ ਚੂੜ ਚੱਕੋਂ ਆਏ ਸੀ ਆਏ ਬਾਹਰੇ ਕਨੇਡਾ 'ਚੋਂ ਮੈਂ ਇੱਥੇ ਸੰਡੀਗੇਟ ਕੋਲ ਖੜਾ ਆ ਕੇ ਗੱਡੀ ਕਢਿਆ ਲਈ ਮੈਨੂੰ ਕਹਿੰਦੇ ਬਾਈ ਜੀ ਪਾਲ ਤੁਹਾਡਾ ਨਾ ਮੈਂ ਕਿਹਾ ਹਾਂਜੀ ਕਹਿੰਦੇ ਵੀ ਸਾਡਾ ਕਬੂਤਰ ਨਾ ਮੂੰਹ ਆਇਆ ਜਿਵੇਂ ਨਾ ਦਮਾ ਹੋ ਗਿਆ ਹੁੰਦਾ ਐਂ ਕਰੀ ਜਾਂਦਾ ਮੈਂ ਕਿਹਾ 2 ਮਿੰਟਾਂ 'ਚ ਹੀ ਕਰ ਦਿੰਦੇ ਹਾਂ ਠੀਕ ਅਤੇ ਮੈਨੂੰ ਕਹਿੰਦੇ ਕਿਵੇਂ ਹੋ ਜੀ ਪਹਿਲਾਂ ਮੈਂ ਉਹਦਾ ਮੂੰਹ ਪੱਟਿਆ ਉਹਦੇ ਮੂੰਹ 'ਚੋਂ ਐਡੀ ਗਿਲਟੀ ਕੱਢੀ ਵਿੱਚੋਂ ਫਿਰ ਮੈਂ ਟੈਰਾਮਾਈਸਿਨ ਔਕਸੀ ਹੁੰਦੀ ਆ 2 ਬੂੰਦਾਂ ਉਹਦੇ ਵਿੱਚ ਸੁੱਟਤੀਆਂ ਅਤੇ ਉਹ 10 ਮਿੰਟਾਂ 'ਚ ਹੀ ਠੀਕ ਹੋ ਗਿਆ ਮੂੰਹ ਉਹਨੇ ਘੁੱਟ ਲਿਆ ਮੈਂ ਕਿਹਾ ਕਿਉਂ ਬਾਈ ਘੁੱਟ ਲਿਆ ਕਿ ਨਹੀਂ ਕੋਈ ਨਸ਼ਾ ਤਾਂ ਨਹੀਂ ਲੱਗਿਆ ਕਹਿੰਦੇ ਨਹੀਂ ਅਤੇ ਤੁਰ ਲੱਗੇ ਕਹਿੰਦੇ ਬਾਈ ਜੀ ਤੁਹਾਡੀ ਸੇਵਾ ਮੈਂ ਕਿਹਾ 1 ਰੁਪਈਆ ਵੀ ਨਹੀਂ ਲੈਣਾ ਕਹਿੰਦੇ ਕਿਉਂ ਮੈਂ ਕਿਹਾ ਨਹੀਂ ਬਾਈ ਜਾਨਵਰ ਆਈ ਦੀ ਬੱਚਤ ਹੋ ਗਈ ਅਤੇ ਚੌਥੇ ਤਾਂ ਉਹਨਾਂ ਨੇ ਫੋਨ ਲਾਤਾ ਕਹਿੰਦੇ ਬਾਈ ਦਾਣੇ ਚੁਗਣ ਲੱਗ ਗਿਆ ਹਾਂ ਅਤੇ ਇਹ ਨਾ ਕਬੂਤਰ ਦਾ ਕਿੰਨਾ ਮੂੰਹ ਪੱਕਿਆ ਉਹਦੀਆਂ ਨਾ 2 ਬੂੰਦਾਂ ਉਹਦੇ ਮੂੰਹ 'ਚ ਔਕਸੀ ਟੈਰਾਮਾਈਸਿਨ ਦੀਆਂ 2 ਬੂੰਦਾਂ ਸੁੱਟ ਦਿਓ ਉਹਦਾ 10 ਮਿੰਟਾਂ 'ਚ ਮੂੰਹ ਪੱਕਣ ਸੈੱਟ ਹੋ ਜਾਣਾ ਹਾਂਜੀ ਅਤੇ ਇਹ ਜਿਹੜੀ ਟੈਰਾਮਾਈਸਿਨ ਦੀ ਗੋਲੀ ਲਾਉਂਦੇ ਆ ਇਹਨੇ ਮੇਦੇ 'ਚ ਜਾਣਾ ਇਹਨੇ ਹੌਲੀ ਹੌਲੀ ਕੰਮ ਕਰਨਾ ਜਿਹੜੀਆਂ 2 ਬੂੰਦਾਂ ਉੱਤੇ ਲੀਕੜ ਵਾਲੀਆਂ ਪੈ ਗਈਆਂ ਉਹਨੇ ਉਦੋਂ ਹੀ ਕੰਮ ਕਰਨਾ ਅਸਰ ਦਿਖਾ ਦੇਣਾ ਦਿਖਾ ਦੇਣਾ ਹਾਂਜੀ ਬਾਪੂ ਜੀ ਜਿਨ੍ਹਾਂ ਨੇ ਕਬੂਤਰ ਰੱਖੇ ਹੋਏ ਆ ਕਰ ਉਹ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣ ਭਾਈ ਖਿਆਲ ਸੇ ਇਹੀ ਆ ਬਸ ਇਹਨਾਂ ਦੀ ਇੱਕ ਤਾਂ ਇਹਨਾਂ ਦੀ ਸਫਾਈ ਹੋਣੀ ਚਾਹੀਦੀ ਆ ਅਤੇ ਇੱਕ ਇਹਨਾਂ ਦੇ ਜਿਹੜੇ ਬੰਦੇ ਦੇ ਘਰੇ ਇਹ ਕਬੂਤਰ ਘੁਗਣ ਵਾਲੀ ਬਿਮਾਰੀ ਆ ਉਹ ਬੰਦੇ ਨੂੰ ਅਸੀਂ ਪਹਿਲਾਂ ਹੀ ਕਹਿ ਦਿੰਦੇ ਹਾਂ ਵੀ ਬਾਈ ਘਰੇ ਨਾ ਬੜੀ ਸਾਡੇ ਕਬੂਤਰਾਂ ਨਾ ਪੈ ਜੇ ਹੁਣ ਆ ਪਰਸੋਂ 'ਚ ਉੱਥੇ ਇੱਥੋਂ ਦੇ ਭੂੰਦੜੀ ਦੇ ਆਏ 3 ਜਣੇ ਮੈਨੂੰ ਕਹਿੰਦੇ ਬਾਈ ਅਸੀਂ ਤੇਰੀ ਵੀਡੀਓ ਦੇਖ ਕੇ ਆਏ ਹਾਂ ਅਤੇ ਮੈਂ ਕਿਹਾ ਵੀ ਕਬੂਤਰ ਤੁਹਾਨੂੰ ਤਾਂ ਦਿਖਾਊਂਗਾ ਜੇ ਤੁਹਾਡੇ ਕਬੂਤਰਾਂ ਨੂੰ ਬਿਮਾਰੀ ਆ ਫਿਰ ਮੈਂ ਕਬੂਤਰਾਂ ਕੋਲ ਨਹੀਂ ਉਹ ਕਹਿੰਦੇ ਬਾਈ ਸਾਡੇ ਬਿਮਾਰੀ ਨਹੀਂ ਫਿਰ ਉਹ ਕਬੂਤਰ ਦੇਖ ਕੇ ਗਏ ਫਿਰ ਉਹਨਾਂ ਨੇ ਨੰਬਰ ਲਿਆ
ਉਹਦੇ ਬਾਈ ਤੇਰੇ ਸਾਂਭੇ ਬਹੁਤ ਆ। ਮੈਂ ਕਿਹਾ ਬਾਈ ਉਹਦੇ ਕਿੰਨਾ ਸਮਾਨ ਪਿਆ, ਜਾਣੀ ਬਿਮਾਰੀਆਂ ਤੋਂ ਇਹਨਾਂ ਤੋਂ ਰਹਿਤ ਇਹ ਰੱਖਣੇ ਚਾਹੀਦੇ ਆ। ਅਤੇ ਇੱਕ ਕਈਆਂ ਦੇ ਤਾਂ ਹੁਣ ਜਾਈਦਾ ਮਹੀਨੇ ਦੋ ਦੋ ਮਹੀਨਿਆਂ ਦਾ, ਭਾਵੇਂ ਚਾਰ ਟੋਕਰੇ ਕੱਢ ਲਾ ਵਿੱਚੋਂ ਬਿੱਠਾਂ ਦੇ। ਅਸੀਂ ਤਾਂ ਸ਼ਾਮ ਨੂੰ ਮਾਂਜਾ ਮਾਰਨਾ, ਦੂਜੇ ਦਿਨ ਸਵੇਰੇ ਫੇਰ ਮਾਰਨਾ। ਸਫਾਈ ਰੱਖਣੀ ਆ, ਸਫਾਈ ਤੋਂ ਬਿਨਾਂ ਨਹੀਂ ਇਹ ਕਾਮਯਾਬ। ਤਾਂ ਹੀ ਬਿਲਕੁਲ ਚਿੱਟੇ ਪਏ। ਹਾਂਜੀ ਹਾਂ, ਬਸ ਐਂ ਸਾਡੇ ਸਾਂਭੇ ਬਹੁਤ ਆ। ਹਾਂਜੀ, ਅਤੇ ਐਂ ਨਹੀਂ ਗਾ ਵੀ ਕਿਤੇ ਉਹ ਸੜਤਾ ਕਿਤੇ ਉਹ ਸੜਤਾ। ਫਿਰ ਇਹਨਾਂ ਨੂੰ ਮਿੱਟੀ ਆਮ ਜਿੱਥੇ ਪਸ਼ੂ ਪਿਸ਼ਾਬ ਕਰਦੇ ਆ ਉਹਦੇ 'ਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂ ਮੇਰਾ ਇਹ ਕੰਮ ਕੀਤਾ। ਉਹ ਮਿੱਟੀ ਮੈਂ ਇੱਕ ਪਾਸੇ ਢੇਰੀ ਲਾ ਦੂੰਗਾ, ਅਤੇ ਜਾਨਵਰਾਂ ਨੇ ਨਾ ਤਾਂ ਸਰੋਂ ਚੁਗਣੀ ਆ, ਨਾ ਕਣਕ ਚੁਗਣੀ ਆ, ਨਾ ਚਣੇ ਚੁਗਣੇ ਆ। ਪਹਿਲਾਂ ਉਹਨਾਂ ਉਹਦੇ ਨਾਲ ਰੱਜਣਗੇ ਜਾ ਕੇ, ਹਾਂ ਹੱਥਾਂ 'ਚੋਂ ਖਿੱਚਣ ਆਉਣਗੇ ਵੀ ਸਾਨੂੰ ਛੇਤੀ ਪਾ। ਫਿਰ ਪਿੱਲੀ ਐੱਟ ਜਿਹੜੀ ਆ ਉਹਨੂੰ ਕੁੱਟ ਕੇ ਨਿੱਕੀ ਨਿੱਕੀ ਕਰਕੇ ਉਹ ਪਾਉਣੀ ਆ, ਅਤੇ ਬੱਚੇ ਆਪੇ ਹੀ ਬਣਨਗੇ। ਬਾਕੀ ਜਿਹੜਾ ਕਬੂਤਰ ਮਿੱਟੀ ਖਾਂਦਾ ਕੈਲਸ਼ੀਅਮ ਵਾਲੀ, ਉਹ ਬਿਮਾਰ ਨਾ ਹੋ। ਮੇਰੇ 55 ਸਾਲ ਹੋ ਗਏ, ਮੇਰੇ ਅੱਜ ਤਾਈਂ ਕਬੂਤਰ ਕੋਈ ਬਿਮਾਰ ਨਹੀਂ, ਕਿਸੇ ਨੂੰ ਬਿਮਾਰੀ ਨਹੀਂ ਪਈ। ਹਾਂ, ਜੇ ਊਂ ਗਲਾ ਪੱਕ ਗਿਆ ਉਹ ਤਾਂ ਮੈਂ 2 ਦਿਨਾਂ 'ਚ ਹੀ ਠੀਕ ਕਰ ਲੈਂਦਾ। ਹਾਂਜੀ, ਫਿਰ ਨਾਲ ਨਾਲ ਤੁਸੀਂ ਕਬੂਤਰਾਂ ਨੂੰ ਇੰਨਾ ਸਮਝ ਲਿਆ, ਦਵਾਈਆਂ ਵੀ ਆਪ ਹੀ ਬਣਾ ਲਈਦੀਆਂ। ਹਾਂ, ਉਹੋ ਜਿਹੀਆਂ ਬਣਾਈਦੀਆਂ। ਹਾਂਜੀ, ਅਤੇ ਫਿਰ ਬਾਕੀ ਹੁਣ ਤਾਂ ਭਾਈ ਖਿਡਾਰੀ ਬਹੁਤ ਹੋ ਗਏ, ਸਭ ਨੂੰ ਹੌਲੀ ਹੌਲੀ ਪਤਾ ਲੱਗੀ ਜਾਂਦਾ ਵੀ ਆਹ, ਇੱਕ ਦੂਜੇ ਨੂੰ ਫੋਨ 'ਤੇ ਦੱਸ ਦਿੰਦੇ ਵੀ ਆਹ ਦਵਾਈ ਵਰਤ ਲਓ, ਆਹ ਵਰਤ ਲਓ, ਐਂ ਕਰਕੇ। ਅਤੇ ਪਹਿਲਾਂ ਸਾਡੇ ਪਿੰਡ 'ਚ 4 ਬੰਦੇ ਹੁੰਦੇ ਸੀ। ਇੱਕ ਹੁੰਦਾ ਸੀ ਮਹਿੰਗਾ ਨਾਗ, ਬੁੜਾ ਬਜ਼ੁਰਗ, ਉਹਨੂੰ ਮਹਿੰਗਾ ਨਾਗ ਕਹਿੰਦੇ ਸੀ। ਇੱਕ ਕਾਲਾ, ਇੱਕ ਸੰਤਰਾਮ ਅਤੇ ਇੱਕ ਅਰਜਨ, ਇਹ 4 ਸੀ। ਅਤੇ ਬਸ ਅਸੀਂ ਇਹਨਾਂ ਦੇ ਖੁੱਡਿਆਂ ਦੇ ਮੂਹਰੇ ਬਹਿ ਜਾਣਾ, ਉਹਨਾਂ ਦੇ ਖੁੱਡੇ ਸਾਫ਼ ਕਰੀ ਜਾਣੇ, ਕਬੂਤਰ ਦੇਖੇ ਜਾਣੇ, ਬਸ ਉੱਥੋਂ ਹੀ ਨਸ਼ਾ ਹੋ ਗਿਆ ਕਬੂਤਰਾਂ ਦਾ। ਹਾਂਜੀ, ਅੱਛਾ, ਘਰ ਵਿੱਚ ਵੀ ਹੈਗਾ ਹੁਣ ਕਿਸੇ ਨੂੰ ਸ਼ੌਂਕ ਹੀ ਹੈ, ਤੁਸੀਂ ਸਾਂਭਦੇ ਹੋ? ਨਹੀਂ ਜੀ, ਉਹ ਕਿਸੇ ਨੂੰ ਸ਼ੌਂਕ ਨਹੀਂ, ਨਾ ਜੀ ਮੈਨੂੰ ਹੀ ਆ, ਹੋਰ ਨਹੀਂ ਕਿਸੇ ਨੂੰ। ਸਿਰਫ ਹੁਣ ਤੁਸੀਂ ਸਾਂਭਦੇ ਹੋ ਘਰ 'ਚ, ਕੋਈ ਨਹੀਂ ਜਾਂਦਾ? ਮੈਂ ਹੀ ਸਾਂਭਣੇ ਆ, ਅਤੇ ਮੈਂ ਜਾਣੀ ਕਿਤੇ ਫਿਰਦਾ ਰਹਾਂ, 1:30 ਵਜੇ ਮੈਂ ਘਰ ਆਉਣਾ ਹੀ ਆਉਣਾ, ਭਾਵੇਂ ਪਸ਼ੂਆਂ ਵਾਲੇ 4 ਖੜ੍ਹੇ ਆ, ਉਹਨਾਂ ਨੂੰ ਜਵਾਬ ਦੇਣਾ ਆ ਕੇ ਵੀ ਬਾਈ ਮੈਂ 3 ਵਜੇ ਆਊਂ, 2:30 ਵਜੇ, 2 ਵਜੇ ਮੈਂ ਆ ਕੇ ਕਬੂਤਰ ਸਾਫ਼ ਕਰਕੇ ਦਾਣੇ ਪਾ ਕੇ ਪਾਣੀ ਧਰ ਕੇ ਫੇਰ ਜਾਣਾ। ਨਹੀਂ ਕਿਤੇ ਵੀ ਹੋਵਾਂ, ਕੋਈ ਆਉਂਦਾ ਬਾਈ ਤੂੰ ਮਿਲਿਆ ਨਹੀਂ, ਕਹਿ ਦੇਣਾ ਮਿਲਣਾ ਹੁੰਦਾ, 2 ਵਜੇ ਆਇਆ ਕਰੋ। ਹਾਂਜੀ, ਅੱਜ ਵੀ ਆ ਤੁਹਾਡਾ ਕਰਕੇ ਆ ਗਿਆ ਭਾਈ ਮੈਂ, ਅਤੇ ਨਹੀਂ ਮੈਂ 2 ਵਜੇ ਆਉਣਾ ਸੀ, ਅਜੇ 2 ਘਰ ਛੱਡ ਕੇ ਆਇਆ ਉਹਨਾਂ ਦੇ ਮੈਂ ਜਾਣਾ ਲਸੂਰਪੁਰ, ਅਤੇ ਬਸ ਤੁਹਾਡਾ ਕਰਕੇ ਮੈਂ ਉੱਥੋਂ ਮਾਣੂਗਿਆਂ ਤੋਂ ਆ ਗਿਆ। ਮੈਂ ਕਿਹਾ ਵੀ ਚਲੋ ਮੈਂ ਮੁੜ ਨਾ ਜਾਣ, ਅਤੇ ਨਹੀਂ ਆ ਮੈਂ 2 ਵਜੇ ਆਉਣਾ ਹੀ ਆਉਣਾ ਘਰੇ ਘੇਰਾ। ਹਾਂਜੀ ਹਾਂਜੀ, ਧਿਆਨ ਬੜਾ ਰੱਖਣਾ ਪੈਂਦਾ। ਹਾਂਜੀ, ਧਿਆਨ ਰੱਖਣਾ ਪੈਂਦਾ ਜੀ। ਬਾਪੂ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਤੇ ਮੈਨੂੰ ਉਮੀਦ ਹੈ ਦਰਸ਼ਕਾਂ ਨੂੰ ਵੀ ਇਹ ਇੰਟਰਵਿਊ ਬਹੁਤ ਪਸੰਦ ਆਏਗੀ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਅਤੇ ਮੈਨੂੰ ਲੱਗਦਾ ਲੋਕਾਂ ਦਾ ਦਿਲ ਜਿੱਤ ਲੈਣਗੇ। ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਆਪਣਾ ਸਮਾਂ ਕੱਢਣ ਜੀ। ਸੋ ਇਹ ਸੀ ਅੱਜ ਦੀ ਪੇਸ਼ਕਸ਼, ਜਿੱਥੇ ਅਸੀਂ ਤੁਹਾਨੂੰ ਦੱਸਿਆ ਕਿ ਬਾਪੂ ਜੀ ਕੋਲ ਅਸੀਂ ਪਹੁੰਚੇ ਕਿ ਬਾਪੂ ਜੀ ਨੂੰ ਕਬੂਤਰਬਾਜ਼ੀ ਦਾ ਸ਼ੌਂਕ ਹੈ, ਬਹੁਤ ਸੇ ਕਬੂਤਰ ਬਾਪੂ ਜੀ ਨੇ ਕਾਫੀ ਸਮੇਂ ਤੋਂ ਆਪਣੇ ਕੋਲ ਰੱਖੇ ਹੋਏ ਨੇ, ਖਾਸ ਧਿਆਨ ਰੱਖੇ ਨੇ, ਅਤੇ ਇੰਟਰਵਿਊ ਉਹਨਾਂ ਲਈ ਵੀ ਬੜੀ ਖਾਸ ਹੈ ਜਿਹੜੇ ਕਬੂਤਰ ਜਿਨ੍ਹਾਂ ਨੇ ਆਪਣੇ ਘਰ ਰੱਖੇ ਹੋਏ ਨੇ, ਕਿਸ ਤਰ੍ਹਾਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਹੈ, ਕੀ ਖੁਆਉਣਾ ਬਿਮਾਰ ਹੋ ਜਾਏ ਤਾਂ ਕਬੂਤਰ ਨੂੰ ਕਿਹੜੀ ਦਵਾਈ ਦੇਣੀ ਹੈ, ਬਾਪੂ ਜੀ ਨੂੰ ਸਭ ਪਤਾ ਹੈ, ਅਤੇ ਬਾਪੂ ਜੀ ਨੇ ਇੰਟਰਵਿਊ 'ਚ ਵੀ ਇਸ ਦਾ ਜ਼ਿਕਰ ਕੀਤਾ। ਸੋ ਇਸ ਅੱਜ ਦੀ ਪੇਸ਼ਕਸ਼, ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਹਰਦੀਪ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਮੋਗਾ।